uh, how hard it was to leave uh, cricket and go to australia bhai ਯਾਰ ਉਹ ਇੱਕ ਸੁਪਨਾ ਟੁੱਟਣ ਵਾਂਗੂ ਸੀਗਾ ਹਨਾ ਕਿਉਂਕਿ ਮੈਂ ਤਾਂ ਹੁਣ ਸੋਚਦਾ ਹਾਂ ਕਿ ਆਪਾਂ ਨੂੰ ਸ਼ਾਇਦ ਇੰਡੀਆ ਦੇ ਵਿੱਚ ਕ੍ਰਿਕਟ ਵੇਚਿਆ ਹੀ ਇੰਨਾ ਜਾਂਦਾ ਕਿ ਉਹ ਆਪਾਂ ਨੂੰ ਬਹੁਤ ਗਲੈਮਰਸ ਲੱਗਦਾ ਹੁੰਦਾ ਸੀਗਾ ਕਿ ਬਾਲੀਵੁੱਡ ਤੋਂ ਵੀ ਵੱਡਾ ਇਵਨ ਕ੍ਰਿਕਟ ਲੱਗਦਾ ਹੁੰਦਾ ਨਾ ਤਾਂ ਉਹ ਸੁਪਨਾ ਸੀਗਾ ਕਿ ਯਾਰ ਵੀ ਇਹੀ ਕਰਨਾ ਹੈ ਨਾ ਤੇ ਮਤਲਬ ਜਦੋਂ ਡੈਡ ਤੋਂ ਬਾਅਦ ਇੱਕਦਮ ਥੋੜਾ ਅਪਸ ਐਂਡ ਡਾਊਨਸ ਆਏ ਹਨਾ ਜਿਵੇਂ ਫਾਈਨੈਂਸ਼ੀਅਲੀ ਵੀ ਫੈਮਿਲੀ ਨੇ ਫੇਸ ਕੀਤਾ ਤੁਹਾਨੂੰ ਪਤਾ ਕਿ ਮੇਰੇ ਤੋਂ ਛੋਟਾ ਹਨੀ ਹੋਇਆ ਕੋਈ ਚਾਚੇ ਦਾਇ ਵੀ ਹੈ ਨਹੀਂ ਸੀਗਾ ਨਾ ਤਾਂ ਸਾਡੀ ਇੱਕ ਦੁਕਾਨ ਹੁੰਦੀ ਸੀ ਜਿਹਨੂੰ ਮੈਂ ਸਮਰਾਲੇ ਉਹ ਪਹਿਲਾਂ ਸੀ ਰੈਂਟ ਦੇ ਦਿੱਤੀ ਹੁੰਦੀ ਸੀ ਤਾਂ ਡੈਡ ਤੋਂ ਬਾਅਦ ਉਹਦਾ ਇੱਕ ਡਿਸਪਿਊਟ ਜਾਂ ਸ਼ੁਰੂ ਹੋ ਗਿਆ ਹਨਾ ਫਿਰ ਮੈਨੂੰ ਉੱਥੇ ਮਤਲਬ ਘਰ ਦੇ ਕਹਿੰਦੇ ਸੀਗੇ ਕਿ ਵੀ ਆਪਾਂ ਨੂੰ ਵੀ ਤੂੰ ਇਹ ਦੁਕਾਨ ਕਰ ਲੈ ਕਿ ਆਪਾਂ ਇੱਥੇ ਇਹਦੇ ਵਿੱਚ ਸਮਾਨ ਪਾ ਦਿੰਦੇ ਆ ਉਹ ਇਲੈਕਟ੍ਰੋਨਿਕਸ ਦੀ ਦੁਕਾਨ ਇਹ ਮੈਂ ਪਹਿਲੀ ਵਾਰੀ ਦੱਸ ਰਿਹਾ ਕੈਮਰੇ ਦੀ ਚੀਜ਼ ਨਾ ਤਾਂ ਮੈਂ ਪਲੱਸ 1 ਤੇ ਪਲੱਸ 2 ਜਦੋਂ ਪੜਦਾ ਵੀ ਸੀਗਾ ਤੇ ਜਾ ਆ ਕੇ ਮਤਲਬ ਦੁਕਾਨ ਖੋਲ ਕੇ ਚਲੇ ਜਾਂਦਾ ਸੀਗਾ ਤੇ ਫਿਰ ਆ ਕੇ ਫਿਰ ਦੁਕਾਨ ਤੇ ਬੈਠਦਾ ਸੀਗਾ ਰਾਤ ਤੱਕ ਤਾਂ ਮਤਲਬ ਉਸ ਦੌਰਾਨ ਮੈਨੂੰ ਇਹ ਲੱਗਦਾ ਸੀਗਾ ਕਿ ਯਾਰ ਵੀ ਮੈਂ ਮਤਲਬ ਵਿਦ ਆਲ 듀 ਰਿਸਪੈਕਟ ਕਿ ਜਿਹੜੇ ਸ਼ਾਪਕੀਪਰਸ ਆ ਕੋਈ ਹਨਾ ਹਰ ਇੱਕ ਦਾ ਆਪਣਾ ਆਪਣਾ ਕੰਮ ਹੈ ਪਰ ਮੈਨੂੰ ਲੱਗਦਾ ਸੀ ਕਿ ਯਾਰ ਵੀ ਮੈਂ ਇਸ ਚੀਜ਼ ਲਈ ਤਾਂ ਨਹੀਂ ਬਣਿਆ ਕਿ ਮੈਂ ਆ ਕੇ ਸ਼ਟਰ ਚੱਕ ਲਿਆ ਤੇ ਸ਼ਟਰ ਸਿੱਟ ਕੇ ਚਲਾ ਗਿਆ ਸਾਰਾ ਦਿਨ ਬੈਠੇ ਰਹੋ ਹਨਾ ਤੇ ਮਤਲਬ ਇੱਕੋ ਇੱਕ ਮਨ ਦੇ ਵਿੱਚ ਗੱਟ ਫੀਲਿੰਗ ਸੀਗੀ ਛੋਟੇ ਹੁੰਦੇ ਤੋਂ ਸੀਗੀ ਕਿਉਂਕਿ ਛੋਟੇ ਹੁੰਦੇ ਟੈਂਸ਼ਨ ਬਹੁਤ ਮਿਲੀ ਸੀ ਸਕੂਲ ਦੇ ਵਿੱਚ ਵੀ ਸਾਰਿਆਂ ਦਾ ਹਰਮਨ ਪਿਆਰਾ ਸੀਗਾ ਸਟੇਜ ਦੇ ਵਿੱਚ ਨਾ ਬੱਚਾ ਗਾਉਂਦਾ ਤਾਂ ਸਾਰੇ ਤੁਹਾਨੂੰ ਅੱਗੇ ਪਿਆਰ ਕਰਦੇ ਸੀ ਨਾ ਈਵਨ ਸਪੋਰਟਸ ਹੋਣ ਤੋਂ ਤੁਹਾਡਾ ਮਾਹੌਲ ਹੈ ਜੀ 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 ਤਾਂ ਸਕੂਲ ਦੇ ਵਿੱਚ ਬੈਠਾ ਵੀ ਮਤਲਬ ਮੈਂ ਕਾਪੀ ਉੱਪਰ ਆਪਣੇ ਆਟੋਗ੍ਰਾਫ ਕਰ ਕਰ ਦੇਖੀ ਜਾਂਦਾ ਹੁੰਦਾ ਸੀ ਉਹ ਮੇਰੇ ਦਿਮਾਗ 'ਚ ਇਹ ਹੁੰਦਾ ਸੀ ਕਿ ਜਦੋਂ ਮੈਂ ਕਰੈਕਟਰ ਬਣੂੰਗਾ ਹਨਾ ਤਾਂ ਮਤਲਬ ਪਤਾ ਨਹੀਂ ਕਿ ਮੇਬੀ ਸ਼ਾਇਦ ਜਿਹੜੇ ਸਾਰਿਆਂ ਨੂੰ ਹੁੰਦੀ ਹੋਵੇ ਗੱਟ ਫੀਲਿੰਗ ਮੈਨੂੰ ਤਾਂ ਬਹੁਤ ਸੀ ਤੇ ਉਹ ਫਿਰ ਜਦੋਂ ਮੈਨੂੰ ਲੱਗਿਆ ਕਿ ਇਹ ਉਹ ਸਾਰਾ ਕੁਝ ਬਈ ਸੁਪਰੇਜੇ ਟੁੱਟ ਗਏ ਕਿ ਹਨਾ ਕਿ ਰੈਗੂਲਰ ਜੀ ਲਾਈਫ ਹੈ ਹਨਾ ਤੇ ਉਸ ਤੋਂ ਬਾਅਦ ਫਿਰ ਮੈਂ ਕ੍ਰਿਕਟ ਨੂੰ ਪਰਸੂ ਕਰਨਾ ਸ਼ੁਰੂ ਕੀਤਾ ਮੈਂ ਕਿਹਾ ਵੀ ਮੈਂ ਨਹੀਂ ਇਹ ਕਰ ਸਕਦਾ ਹੈਗਾ ਮੈਨੂੰ ਸੀ ਕਿ ਇੱਕ ਵਾਰੀ ਮੈਂ ਕਰਕੇ ਦੇਖਦਾ ਨਾ ਤਾਂ ਹੁਣ ਛੋਟਾ ਸ਼ਹਿਰ ਸੀਗਾ ਸਾਨੂੰ ਐਕਸਪੋਜ਼ਰ ਜਿੰਨਾ ਸੀਗਾ ਜਦੋਂ ਤੱਕ ਮੈਂ ਚੰਡੀਗੜ੍ਹ ਆਇਆ ਕਿ ਅਕੈਡਮੀ ਜੋਇਨ ਕੀਤੀ ਡੀਏਵੀ ਕਾਲਜ ਤਾਂ ਉਦੋਂ ਤੱਕ ਵੈਸੇ ਹੀ ਜਿਹੜੇ ਅੰਡਰ 14 ਅੰਡਰ 17 ਅੰਡਰ 18 ਜਿਹੜੇ ਏਜ ਗਰੁੱਪ ਹੁੰਦੇ ਮੈਂ ਲੰਘ ਚੁੱਕਿਆ ਸੀਗਾ ਨਾ ਬੀਏ ਫਸਟ ਸੈਕੰਡ ইয়ার ਦੇ ਵਿੱਚ ਮੈਂ ਆ ਕੇ ਲੱਗ ਗਿਆ ਕੋਣ ਕੋਣ ਕ੍ਰਿਕਟਰਸ ਉਸ ਟਾਈਮ ਤੇ ਸਾਨੂੰ ਹੋਵੇ ਜੋ ਇਸ ਟਾਈਮ ਮੇਬੀ ਇੰਡੀਆ ਰਿਪਰੈਜ਼ੈਂਟ ਕਰ ਰਹੇ ਆ ਆਈਪੀਐਲ ਰਿਪ ਇਸ ਇਹ ਛੋਟੇ ਹੁੰਦੇ ਸੀਗੇ ਹਨਾ ਤੇ ਵਿਕਰਮਜੀਤ ਮਾਲਕ ਪਾਜੀ ਹੁੰਦੇ ਸੀਗੇ ਅ ਨਰਵਾਲ ਪਾਜੀ ਹੁੰਦੇ ਸੀ ਉਹ ਸੀਨੀਅਰ ਹੁੰਦੇ ਸੀ ਵਿਕਰ ਹੁੰਦਾ ਸੀਗਾ ਫਾਸਟ ਬੋਲਰ ਹਨਾ ਜੀ ਤੇ ਉਸ ਤੋਂ ਲੱਗ ਹੁਣ ਮੈਨੂੰ ਇੰਨੇ ਕ ਨਾਮ ਯਾਦ ਆ ਰਹੇ ਪਰ ਕਾਫੀ ਜਾਣੇ ਉਹਦੇ ਵਿੱਚ ਉਹ ਯੂਵੀ ਪਾਜੀ ਆਉਂਦੇ ਰਹਿੰਦੇ ਸੀਗੇ ਸਾਡੇ ਅਕੈਡਮੀ ਦੇ ਵਿੱਚ ਹਨਾ ਤੇ ਕਾਫੀ ਮਤਲਬ ਉਹ ਉਹ ਸੀਗਾ ਕਿ ਮੈਂ ਸ਼ਾਇਦ ਕੁਝ ਕਰ ਜੂਗਾ ਬਟ ਉਹੀ ਕਿ ਲੇਟ ਬਹੁਤ ਸੀਗੇ ਤੇ ਹੁਣ ਲੱਗਦਾ ਹੁੰਦਾ ਕਿ ਸ਼ਾਇਦ ਇਹਨਾਂ ਐਕਸਟਰ ਆਰਡੀਨਰੀ ਮੈਂ ਪਲੇਅਰ ਵੀ ਨਹੀਂ ਸੀਗਾ ਹਨਾ ਤੇ ਫਿਰ ਇਹੀ ਦੇਖਿਆ ਕਿ ਬਈ ਹਾਇਲਟਸ ਕਰੋ ਤੇ ਬਾਹਰ ਚਲੇ ਜਾਓ ਹੋਰ ਕੋਈ ਰਸਤਾ ਨਹੀਂ ਸੀ ਮੈਨੂੰ ਲੱਗਦਾ ਤਾਂ ਬਹੁਤ ਯੂਥ ਆਪਣਾ ਜਿਹੜਾ ਬਾਹਰਲੇ ਮੁਲਕਾਂ ਨੇ ਆਸਟ੍ਰੇਲੀਆ ਨੇ ਪਹਿਲਾਂ ਫਿਰ ਕੈਨੇਡਾ ਯੂਕੇ ਨਿਊਜ਼ੀਲੈਂਡ ਸਾਰੇ ਕੀ ਜਗਾਂ ਦੇ ਟ੍ਰੈਕ